ਡੀਏਵੀ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਟ ਅਤੇ ਬਾਕਸਿੰਗ ਦੇ ਨੈਸ਼ਨਲ ਪਲੇਅਰ ਨੂੰ ਕਾਤਲ ਅਤੇ ਲੁਟੇਰਾ ਬਣਾ ਦਿੱਤਾ। ਜਗਰਾਉਂ ਦੇ ਰਹਿਣ ਵਾਲੇ ਇਸ ਕੌਮੀ ਬਾਕਸਰ ਦਾ ਨਾਂ ਦਵਿੰਦਰ ਸਿੰਘ ਉਰਫ ਪੀਟਰ ਹੈ, ਜਿਸ ਤੇ ਇਲਜ਼ਾਮ ਹੈ ਕਿ ਉਸਨੇ ਹੁਣ ਤੱਕ ਲੁੱਟ ਖੋਹ ਕਤਲ ਅਤੇ ਇਰਾਦੇ ਕਤਲ ਜਿਹੇ 14 ਗੰਭੀਰ ਅਪਰਾਧ ਕੀਤੇ ਨੇ। ਆਖਿਰ ਕਿਉਂ ਇੱਕ ਬਾਕਸਰ ਨੂੰ ਕਾਤਲ ਬਣਨਾ ਪੈ ਗਿਆ? ਪੇਸ਼ ਹੈ ਇੱਕ ਖਾਸ ਰਿਪੋਰਟ। ਲੁਧਿਆਣਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਜਿਹਾ ਇਹਨਾਂ ਉੱਤੇ ਕਤਲ, ਲੁੱਟ ਅਤੇ ਇਰਾਦਾ ਕਤਲ ਦੇ 14 ਕੇਸ ਦਰਜ ਨੇ। 2009 ਤੋਂ ਲਗਾਤਾਰ ਲੁੱਟਾਂ ਖੋਹਾਂ ਤੇ ਕਤਲਾਂ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਇਹ ਤਿੰਨੇ ਹੀ ਪੁਲਿਸ ਦੀ ਪਕੜ ਤੋਂ ਬਚ ਰਹੇ ਸਨ, ਪਰ ਇਸ ਵਾਰ ਪੁਲਿਸ ਦੇ ਹੱਥ ਚੜ ਗਏ। ਪੁਲਿਸ ਨੇ ਇੱਕ 32 ਬੋਰ ਦੀ ਪਿਸਤੌਲ, 7 ਕਾਰਤੂਸ ਤੇ ਚਾਕੂ ਬਰਾਮਦ ਕੀਤੇ ਨੇ। ਜ਼ਿਕਰਯੋਗ ਹੈ ਕਿ ਦਵਿੰਦਰ ਜਗਰਾਉਂ ਦਾ ਵਸਨੀਕ ਹੈ। ਪੁਲਿਸ ਦਾ ਦਾਅਵਾ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ 30 ਤੋਂ 40 ਘਟਨਾਵਾਂ ਨੂੰ ਅੰਜਾਮ ਦਿੱਤਾ ਹੈ। ਦਵਿੰਦਰ ਸਿੰਘ ਉਰਫ ਪੀਟਰ, ਜੋ ਕਿ ਡੀਏਵੀ ਕਾਲਜ ਚੰਡੀਗੜ੍ਹ ਤੋਂ ਗ੍ਰੈਜੂਏਟ ਹੈ ਅਤੇ ਮੁੱਕੇਬਾਜ਼ੀ ਵਿੱਚ ਨੈਸ਼ਨਲ ਬਾਕਸਰ ਰਹਿ ਚੁੱਕਿਆ ਹੈ, ਨਸ਼ਿਆਂ ਵਿੱਚ ਪੈ ਕੇ ਉਹ ਲੁੱਟਾਂ ਖੋਹਾਂ ਤੇ ਕਤਲ ਵਰਗੀ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਪਿਆ। ਇਹਨਾਂ ਵਾਰਦਾਤਾਂ ਵਿੱਚ ਉਸਦੇ ਦੋ ਸਾਥੀ ਨਰਿੰਦਰ ਉਰਫ ਨਿੰਦੀ ਅਤੇ ਪ੍ਰਦੀਪ ਉਰਫ ਦੀਪੂ ਵੀ ਸਾਥ ਦਿੰਦੇ ਸਨ। ਕੱਲ ਹਮਾਰੀ ਪੁਲਿਸ ਪਾਰਟੀ ਕੋ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦਵਿੰਦਰ ਸਿੰਘ ਉਰਫ ਪੀਟਰ ਔਰ ਉਸਕੇ ਦੋ ਸਾਥੀ ਨਰਿੰਦਰ ਨਿੰਦੀ ਐਂਡ ਪ੍ਰਭਦੀਪ ਦੀਪੂ, ਜੋ 2009 ਸੇ ਲਗਾਤਾਰ ਪੰਜਾਬ ਮੇਂ ਲੁੱਟ ਖੋਹ ਕਤਲ ਇਰਾਦੇ ਕਤਲ ਕੀ ਵਾਰਦਾਤਾਂ ਕਰ ਰਹੇ ਥੇ, ਵੋ ਅਭੀ ਤੱਕ ਪੁਲਿਸ ਕੇ ਕਭੀ ਵੀ ਸ਼ਿਕੰਜੇ ਮੇਂ ਨਹੀਂ ਆਏ ਥੇ। ਹਮਾਰੇ ਕੋ ਹਮਨੇ ਉਨਕੋ ਇਨਫੋਰਮੇਸ਼ਨ ਕੀ ਇਤਲਾਹ ਪਰ 32 ਸੈਕਟਰ ਬੀਸਮ ਚੌਂਕ ਸੇ ਕੱਲ੍ਹ ਗ੍ਰਿਫਤਾਰ ਕੀਆ ਹੈ। ਉਨਕੇ ਪਾਸ ਸੇ ਹਮਾਰੇ ਕੋ ਇੱਕ 32 ਬੋ ਕਾ ਪਿਸਟਲ, 7 ਕਾਰਤੂਸ, 1 ਚਾਕੂ ਔਰ 2 ਮੋਟਰਸਾਈਕਲ ਚੋਰੀ ਕਰ ਕਵਰ ਹੋਏ ਹੈ। ਆਗੇ ਤਫਤੀਸ਼ ਜਾਰੀ ਹੈ। ਇਹ ਤਿੰਨੋਂ ਹੀ ਦੋਸ਼ੀ ਹੈ, 14 ਮੁਕੱਦਮਿਓ ਮੇਂ ਪੀਓ ਹੈ ਔਰ ਇਨਕੋ ਅਭੀ ਤੱਕ ਕਭੀ ਗ੍ਰਿਫਤਾਰ ਨਹੀਂ ਹੋ ਸਕੇ ਥੇ। ਇਨਕੋ ਗ੍ਰਿਫਤਾਰ ਕਰ ਲਿਆ ਹੈ, ਆਗੇ ਤਫਤੀਸ਼ ਜਾਰੀ ਹੈ। ਉਹ ਬਾਕਸਰ ਪਲੇਅਰ ਸੀ, ਗ੍ਰੈਜੂਏਸ਼ਨ ਕੀਤੀ ਹੋਈ ਦੀ, ਨੈਸ਼ਨਲ ਲੈਵਲ ਦਾ ਬਾਕਸਰ ਪਲੇਅਰ ਸੀ ਦਵਿੰਦਰ ਸਿੰਘ ਪੀਟਰ। ਇਹ ਤਿੰਨੋਂ ਗੈਂਗਸਟਰ, ਇਹ ਨਸ਼ੇ ਦੀ ਦੁਨੀਆ ਕਰਕੇ ਹੀ ਜਿਹੜਾ ਨੈਸ਼ਨਲ ਪਲੇਅਰ ਸੀ ਇਹ ਮਾੜੇ ਕੰਮਾਂ 'ਚ ਪੈ ਗਿਆ। ਇਹਨਾਂ ਦੇ ਖਿਲਾਫ਼ 14 ਮੁਕੱਦਮੇ ਦਰਜ ਹਨ, 14 ਮੁਕੱਦਮੇ ਦਰਜ ਹਨ, 14 ਮੁਕੱਦਮਿਆਂ ਦੇ ਵਿੱਚ ਹੀ ਪੀਓ ਗ੍ਰੈਜੂਏਸ਼ਨ ਕੀਤੀ ਹੋਈ ਦੀ, ਪੀਟਰ ਦਵਿੰਦਰ ਪੀਟਰ ਦੀ ਗ੍ਰੈਜੂਏਸ਼ਨ ਕੀਤੀ ਹੈ। ਬਟ ਚੰਗਾ ਪਲੇਅਰ ਹੋਣ ਦੇ ਨਾਤੇ ਨਸ਼ੇ 'ਚ ਪੈਣ ਦੇ ਖਾਤਰ ਮਾੜੇ ਕੰਮਾਂ ਦੇ ਵਿੱਚ ਕ੍ਰਾਈਮ 'ਚ ਜਾ ਵੜਿਆ।